ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਜਿੱਤ ਦਾ ਵੱਡਾ ਕਾਰਨ ਕੀ ਸੀ? ਮੈਮ ਦੇਖੋ ਜੀ, ਜਿਹੜੀ ਕਾਂਗਰਸ ਹੋਈ, ਅਕਾਲੀ ਦਲ ਜਾਂ ਬੀਜੇਪੀ ਪੰਜਾਬ ਦੀ ਸੱਤਾ ਹੰਡਾ ਚੁੱਕੀ। ਕੈਬਨਿਟ ਮਨਿਸਟਰ ਦਾ ਤੁਹਾਨੂੰ ਕੋਈ ਅਹੁਦਾ ਨਹੀਂ ਮਿਲਿਆ? ਮੈਮ ਹਜੇ ਤਾਂ ਫਸਟ ਟਾਈਮ ਦਾ ਐਮਐਲਏ ਬਣ ਕੇ ਆਇਆ। ਆਈ ਥਿੰਕ ਕਿ ਪਹਿਲਾਂ ਉਹ ਵਾਲਾ ਐਕਸਪੀਰੀਅੰਸ ਲੈ ਲਈਏ। ਪਹਿਲੀ ਵਾਰੀ ਕਿਹਾ, ਜਿਹੜੇ ਦੂਸਰੀ ਵਾਰੀ ਵੀ ਜਿੱਤੇ ਉਹਨਾਂ ਨੂੰ ਵੀ ਵਿਧਾਇਕ ਤੋਂ ਮੰਤਰੀ ਨਹੀਂ ਬਣਾਇਆ। ਬਾਕੀ ਦਿੱਲੀ ਦੇ ਵਿੱਚ ਕਿੰਨੇ ਸੋਹਣੇ ਕੰਮ ਹੋਏ ਆ। ਦਿੱਲੀ ਦੇ ਗਵਰਨਮੈਂਟ ਜਿਹੜੇ ਹੋਸਪਿਟਲਸ ਆ ਉਹ ਇੱਥੋਂ ਦੇ DMC ਜਾਂ ਅਪੋਲੋ ਹੋਸਪਿਟਲਸ ਤੋਂ ਵੀ ਜ਼ਿਆਦਾ ਅੱਛੇ ਆ। ਮੈਮ ਦੇਖੋ, ਸਭ ਤੋਂ ਪਹਿਲਾਂ ਤਾਂ ਮੋਗਾ ਦੇ ਵਿੱਚ ਡਰੱਗਸ ਜਿਹੜਾ ਹੈਗਾ ਉਹ ਅਤੇ ਉਹਨਾਂ 'ਤੇ ਨੱਥ ਪਾਈ ਜਾਏਗੀ। ਪਹਿਲਾਂ ਇੱਕ ਵਾਰ ਰਿਕੁਐਸਟ ਕਰ ਚੁੱਕੇ ਹਾਂ, ਬੇਨਤੀ ਵੀ ਕਰ ਚੁੱਕੇ ਹਾਂ, ਲੇਕਿਨ ਹੁਣ ਥੋੜ੍ਹਾ ਜਿਹਾ ਸਟ੍ਰਿਕਟ ਹੋਣਾ ਪਏਗਾ। ਮੋਗਾ ਤੋਂ ਮਾਲਵਿਕਾ ਸੂਦ ਨੂੰ ਹਰਾਉਣ ਵਾਲੇ ਡਾਕਟਰ ਅਮਨਦੀਪ ਕੌਰ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਅੱਜ ਆਪ ਸੁਪਰੀਮੋ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਗੁਰੂ ਮੰਤਰ ਕਹਿ ਸਕਦੇ ਹਾਂ ਕਿ ਸਿਖਾਇਆ ਗਿਆ, ਕੀ ਸਿੱਖਿਆ? ਸਤਿ ਸ਼੍ਰੀ ਅਕਾਲ ਮੈਮ, ਅੱਜ ਸਾਡੀ ਫਸਟ ਆਫੀਸ਼ੀਅਲ ਮੀਟਿੰਗ ਸੀਗੀ ਆਮ ਆਦਮੀ ਪਾਰਟੀ ਦੀ। ਸਵੱਛ ਸੁੱਖ ਸਮਾਗਮ ਤੋਂ ਬਾਅਦ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਕੈਬਨਿਟ ਮਿਨਿਸਟਰ ਅਤੇ MLAs ਦੀ। ਸੋ ਉਹਦੇ ਵਿੱਚ ਮੈਮ ਜੋ ਸਾਡੀ ਹਿਦਾਇਤਾਂ ਸਾਨੂੰ ਮਿਲੀਆਂ ਨੇ ਜਾਂ ਜੋ ਸਾਡੀ ਡਿਸਕਸ਼ਨ ਹੋਈ ਹੈ ਉਹ ਇਹੀ ਸੀਗੀ ਕਿ ਜੋ ਪਿਆਰ ਜੋ ਸਤਿਕਾਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿੰਨੀ ਵੱਡੀ ਲੀਡਸ 'ਤੇ ਜਿਤਾ ਕੇ ਵਿਧਾਨ ਸਭਾ ਭੇਜਿਆ, ਸੋ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਨੇ ਪੰਜਾਬ ਨੂੰ ਜੋ ਆਮ ਆਦਮੀ ਪਾਰਟੀ 'ਤੇ ਉਮੀਦਾਂ ਨੇ ਉਹਨਾਂ 'ਤੇ ਖਰੇ ਉਤਰਨਾ, ਐਂਡ ਇਸੇ ਲਈ ਜਿੰਨਾ ਪਿਆਰ ਉਹਨਾਂ ਪੰਜਾਬੀਆਂ ਨੇ ਜਿਤਾਇਆ, ਸੋ ਉਹ ਰਿਸਪੋਂਸੀਬਿਲਟੀਜ਼ ਵੀ ਉਹਦੇ ਨਾਲ ਉਨੀਆਂ ਹੀ ਵੱਧ ਨੇ ਕਿਉਂਕਿ ਜ਼ੀਰੋ ਲੈਵਲ ਤੋਂ ਸਟਾਰਟ ਕਰਨਾ ਪੈਣਾ ਸਾਰਾ ਕੁਛ। ਸੋ ਉਸਦੇ ਰਿਗਾਰਡਿੰਗ ਹੀ ਜਿਹੜੀ ਮੀਟਿੰਗ ਸੀਗੀ। ਕੈਬਨਿਟ ਮਨਿਸਟਰ ਦਾ ਤੁਹਾਨੂੰ ਕੋਈ ਅਹੁਦਾ ਨਹੀਂ ਮਿਲਿਆ, ਕੀ ਕਿੱਦਾਂ ਦੇਖਦੇ? ਮੈਮ ਹਜੇ ਤਾਂ ਫਸਟ ਟਾਈਮ ਤਾਂ MLA ਬਣ ਕੇ ਆਇਆ। ਆਈ ਥਿੰਕ ਕਿ ਪਹਿਲਾਂ ਉਹ ਵਾਲਾ ਐਕਸਪੀਰੀਅੰਸ ਲੈ ਲਈਏ ਕਿਉਂਕਿ ਲੋਕਾਂ ਨੇ ਜਿਹੜਾ ਜਿੰਨੀ ਵੱਡੀ ਲੀਡ 'ਤੇ ਜਿਤਾਇਆ, ਜੋ ਲੋਕਾਂ ਨੂੰ ਉਮੀਦਾਂ ਨੇ ਉਹ ਸਾਰੀਆਂ, ਅਸੀਂ ਦੇਖੋ ਇੱਕ ਟੀਮ ਮੈਂਬਰ ਹਾਂ। ਫਸਟ ਮੀਟਿੰਗ 'ਚ ਇਹ ਭਗਵੰਤ ਮਾਨ ਸਰ ਵੱਲੋਂ ਕਹਿ ਦਿੱਤਾ ਗਿਆ ਸੀਗਾ ਕਿ ਜਿੰਨੇ ਵੀ ਕੈਬਨਿਟ ਮਿਨਿਸਟਰ ਹੋਣਗੇ ਅਤੇ ਜਿੰਨੇ ਸਾਡੇ ਦੂਸਰੇ MLAs ਹੋਣਗੇ, ਸਾਰੇ ਇੱਕ ਟੀਮ ਵਰਕ ਕਰਾਂਗੇ, ਇੱਕ ਦੂਜੇ ਨਾਲ ਮਿਲ ਕੇ ਅਸੀਂ ਕੰਮ ਕਰਾਂਗੇ। ਸੋ ਅਸੀਂ ਇੱਕ ਪਰਿਵਾਰ ਹਾਂ, ਅਸੀਂ ਸਾਰੇ ਬਹੁਤ ਹੀ ਵੈੱਲ ਐਜੂਕੇਟਡ MLAs ਹੈਗੇ ਆ, ਸਾਰੇ ਬਹੁਤ ਸਾਰੇ ਮਤਲਬ ਡਾਕਟਰਸ ਹਾਂ। ਸੋ ਅਸੀਂ ਇੱਕ ਟੀਮ ਦੇ ਨਾਲ ਆਪਣੀ ਆਪਣੀ ਐਕਸਪੀਰੀਅੰਸ ਦੇ ਨਾਲ ਜਿਹੜਾ ਹੈਗਾ ਇਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਹੁਤ। ਪਹਿਲੀ ਵਾਰੀ ਕਿਹਾ, ਜਿਹੜੇ ਦੂਸਰੀ ਵਾਰੀ ਵੀ ਜਿੱਤੇ ਉਹਨਾਂ ਨੂੰ ਵੀ ਵਿਧਾਇਕ ਤੋਂ ਮੰਤਰੀ ਨਹੀਂ ਬਣਾਇਆ ਗਿਆ? ਦੇਖੋ ਮੈਮ, ਇਹ ਆਮ ਆਦਮੀ ਪਾਰਟੀ ਦੇ ਵਿੱਚ ਸਟਾਰਟਿੰਗ ਤੋਂ ਹੀ ਇੱਕ ਸਾਡੇ ਨੈਸ਼ਨਲ ਕਨਵੀਨਰ ਨੇ ਸਾਨੂੰ ਵਲੰਟੀਅਰਸ ਨੂੰ, ਅਸੀਂ 2015 ਤੋਂ ਮੈਂ ਆਫਿਸ਼ਲੀ ਜੁੜੀ ਹੋਈ ਹਾਂ, ਉਹਨਾਂ ਨੇ ਪਹਿਲਾਂ ਹੀ ਕਹਿ ਦਿੰਦੇ ਆ ਕਿ ਅਗਰ ਕਿਸੇ ਨੂੰ ਕੋਈ ਅਹੁਦੇ ਜਾਂ ਕਿਸੇ ਕੁਰਸੀ ਦਾ ਲਾਲਚ ਹੈ ਤਾਂ ਪਲੀਜ਼ ਆਮ ਆਦਮੀ ਪਾਰਟੀ ਦੇ ਵਿੱਚ ਨਾ ਰਹੋ। ਅਗਰ ਤੁਸੀਂ ਨਿਸਵਾਰਥ ਕੋਈ ਲੋਕਾਂ ਦੇ ਭਲੇ ਲਈ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਮੋਸਟ ਵੈਲਕਮ ਹੈ। ਸੋ ਇਹ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਹੀ ਦੱਸ ਦਿੱਤੀਆਂ। ਨਾਰਾਜ਼ਗੀਆਂ ਦੀ ਗੱਲ ਕੀਤੀ, ਅਰਵਿੰਦ ਕੇਜਰੀਵਾਲ ਜੀ ਨੇ ਖੁਦ ਵੀ ਕਿਹਾ ਵੀ ਕੁਝ ਵਿਧਾਇਕ ਨਾਰਾਜ਼ ਚੱਲ ਰਹੇ ਆ, ਤਾਂ ਉਹਨੂੰ ਤੁਸੀਂ ਕਿੱਦਾਂ ਦੇ? ਨਹੀਂ ਦੇਖੋ ਮੈਮ, ਮੈਨੂੰ ਉਸ ਦੇ ਬਾਰੇ ਨਹੀਂ ਪਤਾ ਕਿਉਂਕਿ ਅਸੀਂ ਤਾਂ ਫਸਟ ਟਾਈਮ ਚੁਣ ਕੇ ਆਏ ਹਾਂ। ਸੋ ਸਾਡੇ ਲਈ ਤਾਂ ਇਹੀ ਰਿਸਪੋਂਸੀਬਿਲਟੀ ਅਸੀਂ ਅੱਛੀ ਤਰ੍ਹਾਂ ਨਿਭਾ ਦਈਏ, ਸੋ ਸਾਡੇ ਲਈ ਬਹੁਤ ਅੱਛਾ ਹੋਏ। ਮੋਗਾ ਤੋਂ ਤੁਸੀਂ ਮਾਲਵਿਕਾ ਸੂਦ ਨੂੰ ਹਰਾਇਆ, ਬਹੁਤ ਫੇਮਸ ਸੀਗੇ, ਕਾਂਗਰਸ ਵੱਲੋਂ ਸਹਾਰਾ ਲਿਆ ਗਿਆ ਕਿ ਸ਼ਾਇਦ ਫੇਮਸ ਨਾਮ ਦੇ ਨਾਲ ਕੁਛ ਹੋ ਜਾਓ, ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਜਿੱਤ ਦਾ ਵੱਡਾ ਕਾਰਨ ਕੀ ਸੀ? ਮੈਮ ਦੇਖੋ ਜੀ, ਜਿਹੜੀ ਕਾਂਗਰਸ ਹੋਈ, ਅਕਾਲੀ ਦਲ ਜਾਂ ਬੀਜੇਪੀ ਪੰਜਾਬ ਦੀ ਸੱਤਾ ਹੰਡਾ ਚੁੱਕੀ ਹੈ। ਲੋਕਾਂ ਨੇ ਪਿਛਲੀ ਵਾਰ ਵੀ ਕਾਂਗਰਸ 'ਤੇ ਜਿਹੜਾ ਯਕੀਨ ਕੀਤਾ ਸੀਗਾ ਕਿਉਂਕਿ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀਗੀ ਉਹਨਾਂ ਨੇ ਕਿ ਪੰਜਾਬ ਦੇ ਲੋਕਾਂ ਦੇ ਜਿਹੜੇ ਹੈਗੇ ਆ ਨੌਕਰੀਆਂ ਦਿੱਤੀਆਂ ਜਾਣਗੀਆਂ, ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ, ਹੋਰ ਵੀ ਬਹੁਤ ਕੁਛ ਸੀਗਾ ਕਿ ਬੇਅਦਬੀ ਵਾਲਿਆਂ ਨੂੰ ਸਜ਼ਾ ਦਿੱਤੀ ਜਾਊਗੀ। ਸੋ ਬਟ ਹਮੇਸ਼ਾ ਜਿਸ ਤਰ੍ਹਾਂ 70 ਸਾਲਾਂ ਤੋਂ ਲੋਕ ਧੋਖਾ ਖਾਂਦੇ ਆ ਰਹੇ ਸੀਗੇ, ਸੋ ਲੋਕਾਂ ਨੂੰ ਪਤਾ ਸੀਗਾ ਕਿ ਜਿਹੜੀ ਕਾਂਗਰਸ ਹੋ ਗਈ ਚਾਹੇ ਉਹ ਅਕਾਲੀ ਦਲ ਹੈ, ਇਹ ਸਿਰਫ ਸੱਤਾ ਹੰਢਾਉਣ ਦੇ ਲਈ ਆਉਂਦੇ ਹੈ, ਬਟ ਜੋ ਕੰਮ ਰਿਐਲਿਟੀ ਦੇ ਵਿੱਚ 70 ਸਾਲਾਂ 'ਚ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਸੀ ਉੱਦਾਂ ਦੇ ਹੋਏ ਨਹੀਂ ਗੇ, ਕਿਉਂਕਿ ਹਜੇ ਵੀ ਸਾਡਾ ਪੰਜਾਬ ਉੱਥੇ ਹੀ ਖੜ੍ਹਾ ਜਿੱਥੇ ਪਹਿਲਾਂ ਸੀਗਾ। ਅਗਰ ਮੈਂ ਸਾਡੇ ਮੋਗੇ ਦੀ ਗੱਲ ਕਰਾਂ ਤਾਂ ਪਿਛਲੇ 10-15 ਸਾਲਾਂ ਤੋਂ ਸਾਡੇ ਮੋਗੇ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਹੈਗੀ। ਸੋ ਲੋਕਾਂ ਨੂੰ ਹੁਣ ਜਿਹੜੀ ਲੋਕ ਦਿੱਲੀ ਦੇਖ ਕੇ ਆਏ ਸੀਗੇ ਕਿਸਾਨੀ ਅੰਦੋਲਨ 'ਚ, ਸਾਡੇ ਬਜ਼ੁਰਗ ਜਦੋਂ ਉੱਥੇ ਬੈਠੇ ਸੀਗੇ ਬਾਰਡਰਸ 'ਤੇ, ਦਿੱਲੀ ਦੇ ਬਾਰਡਰਸ 'ਤੇ ਬੈਠੇ ਸੀ, ਉਹ ਦੇਖ ਕੇ ਆਏ ਸੀ ਦਿੱਲੀ ਦੇ ਸਕੂਲ, ਦਿੱਲੀ ਦੀਆਂ ਮੁਹੱਲਾ ਕਲੀਨਿਕਸ ਦੇਖ ਕੇ ਆਏ ਸੀਗੇ, ਦਿੱਲੀ ਦੇ ਹੋਸਪਿਟਲਸ ਵਿਜ਼ਿਟ ਕਰਕੇ ਆਏ ਸੀ। ਸੋ ਉਹਨਾਂ ਨੂੰ ਦੇਖ ਚੁੱਕੇ ਸੀਗੇ ਉਹ ਕਿ ਬਾਕੀ ਦਿੱਲੀ ਦੇ ਵਿੱਚ ਕਿੰਨੇ ਸੋਹਣੇ ਕੰਮ ਹੋਏ ਆ। ਦਿੱਲੀ ਦੇ ਗਵਰਨਮੈਂਟ ਜਿਹੜੇ ਹੋਸਪਿਟਲਸ ਆ ਉਹ ਇੱਥੋਂ ਦੇ ਡੀ ਐਮ
ਸੀ ਜਾਂ ਅਪੋਲੋ ਹਸਪੀਟਲਸ ਤੋਂ ਵੀ ਜ਼ਿਆਦਾ ਅੱਛੇ ਹੈ ਸੋ ਇਸ ਕਰਕੇ ਲੋਕਾਂ ਨੂੰ ਉਹੀ ਆਸਾਂ ਉਹੀ ਉਮੀਦਾਂ ਪੰਜਾਬ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੇ ਜਤਾਈਆਂ ਕਿ ਪੰਜਾਬ ਦੇ ਵਿੱਚ ਵੀ ਉਦਾਂ ਦੇ ਹਸਪੀਟਲ ਬਣਨ ਪੰਜਾਬ ਦੇ ਵਿੱਚ ਵੀ ਉਦਾਂ ਦੇ ਸਕੂਲਸ ਬਣਨ ਤਾਂ ਕਿ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਮਿਲੇ ਅੱਛਾ ਇਲਾਜ ਮਿਲੇ ਸੋ ਇਸ ਕਰਕੇ ਜਿਹੜਾ ਹੈਗਾ ਲੋਕਾਂ ਨੇ ਇਸੇ ਕਰਕੇ ਸਾਡੀਆਂ ਆਮ ਆਦਮੀ ਪਾਰਟੀ ਦੀਆਂ ਰਿਸਪੌਂਸਿਬਿਲਟੀ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਜ਼ਿਆਦਾ ਵੱਧ ਗਈਆਂ ਜੇ ਤੋਂ ਬਾਅਦ ਐਮ ਐਲ ਏ ਸਾਰੇ ਜਿਹੜੇ ਲਗਾਤਾਰ ਹਰਕਤ ਦੇ ਵਿੱਚ ਨਜ਼ਰ ਆ ਰਹੇ ਤੁਸੀਂ ਕੀ ਪ੍ਰਾਇਰਟੀ ਦੇ ਉੱਤੇ ਕੰਮ ਰੱਖੋਗੇ मैम देखो सब तो पहला तो मोगा के ड्रग्स जोड़ा हैगा तो उन्होंने नत्थ पाई जाएगी पहला एक बार रिक्वेस्ट कर चुके हैं बेनती भी कर चुके हैं लेकिन हूँ थोड़ा जहा स्ट्रिक्ट होना पेगा उस चीज़ को लैके क्योंकि स्टॉप नहीं हो रहा है एंड फिर सिविल हॉस्पिटल लैके हो गया चाहे वह वारा पशुओं हो गया चाहे वह साफ सफाई लैके हो गया सारिया तो काम किया जा रहा है एंड डे बाय डे जिन्या भी साढ़े मोगे के कमियां ने जो साडे मोगे लगातार एम एल ए जाके जिदा चैकिंग की जा रही हॉस्पिटल्स के स्कूलों के इस तरह एक्चुअली मैम असी स्कूल विजिट किए गवर्नमेंट स्कूल तो जस्ट ये पूछा गया कि उत्थे की जरूरत हैगी है जिस तरह बच्चों के लिए प्लेग्राउंड चाहिए कितने कोई होर चीज़ की जरूरत हैगी है टीचर्स की जरूरत है सो जस्ट इस चीज़ के लिए विजिट किया गया सी एंड इदा ही जो सा सिविल हॉस्पिटल हैगा उत्थे भी कंस्ट्रक्शन चल रही है वो चीज़ को देखने लिए कि जल्दी निपटाई जाए डॉक्टर्स की वैकेंसीज बहुत खाली है सो उन्होंने जल्दी फिल किया जाएगा आफ्टर फर्स्ट सैशन एंड जो इक्विपमेंट्स चाहिए है ज होर चीज़ा चाहिए ने सो उन सारिया चीज़ों के देखने लिए करप्शन खत्म करने की गल कही गई तो लगता भी इन्ना ईजी हैगा इस इन्नी वे पद्धर से करप्शन जा रही है एक्चुअली मैम करना पेगा ऑफिसर्स अदरवाइज फिर देखो सानू अज तो यही किया गया कि अगर कोई अच्छी तरह ईमानदारी काम कर रहा तो फिर उन्होंने कोई चेंज करने की कोई जरूरत नहीं हैगी बट अगर कोई ईमानदारी काम नहीं करेगा फिर देखा जाएगा सो एक बार मीटिंग सारे हो चुकी है लगता है किसी के तौर पर पहली बार आते हैं विधायक कई कई का तो तजर्बा बिल्कुल भी नहीं है सियासत के पहले ही उन्होंने इस तरह डरा देना कुछ नहीं डराना तो बिल्कुल भी नहीं है डराना तो बिल्कुल भी नहीं मैम देखो गाइड करना तो डराने के बहुत फर्क होंगे सो एक गाइड किया गया ना कि डराया गया इनू आपां नूं गलत उहदे नाल नहीं लैना चाहिए क्योंकि जो अपने आप किसी गुरु मानते हैं ज टीचर होंगे उन्होंने समझाना क्योंकि असी लोग आ जो फर्स्ट टाइम एम एल ए बने सानू कोई एक्सपीरियंस है नहीं गा सो सानू गाइडलाइन चाहिए कि किस तरह कई जिस तरह हूँ लोग सोशल मीडिया से नैगेटिव फैला रहे थे कि चैकिंग कर रहे जी गलत बोल रहे गलत शब्दावली यूज़ की जाती है सो इदा शब्दावली के लिए भी आया सामने भी क्या गया भाई तुसीं कोई भी शब्द सामने जिहड़ा आ ओह प्यार नाल पेश आओ बाद च कोई भी एक्शन लै लो ये की ये सही है देखो मैम उन्होंने वालों ये किया गया है कि तुसी जड़ी पहली बार तुसी मीटिंग करनी है तुसी सब नू बेनती करनी है समझाना है अगर कोई नहीं सुधरदा तो फिर थोड़े को कलम है तुसी कलम वरत सकते हो अपनी देंगे इदा दे शब्द मैम देखो मैं वो बारे ना तो मैं सुने किसी का बोलते किसी को ना ही मैं इस बारे नॉलेज है कि किने की किया सीगा सो ये जस्ट जो भी होया सो वो बारे जस्ट एक देखो एक समझाना फर्ज होंगे पार्टी के साडे नैशनल कन्वीनर है सो उन्होंने जस्ट एक सानू गाइड किया कि किस तरह अगे वो करना थैंक यू सो मच मैम सो अमन अरोड़ा साडे नाल मौजूद सी गलबात की।